ਭਾਈ ਜੀ ਕੀ ਗੱਲ ਹੋਈ ਆ ਤੁਸੀਂ ਇੱਥੇ ਜਾਮ ਲਾਇਆ ਬੱਸ ਸਟੈਂਡ ਮਲੇਰਕੋਟਲੇ ਦੇ ਵਿੱਚ? ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਲੰਬੇ ਸਮੇਂ ਤੋਂ ਮਲੇਰਕੋਟਲਾ ਜੋ ਬੱਸ ਸਟੈਂਡ ਇੱਥੇ ਪ੍ਰਾਈਵੇਟ ਬੱਸਾਂ ਵੀ ਖੜ੍ਹਦੀਆਂ ਨੇ, PRTC ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵੀ ਖੜ੍ਹਦੀਆਂ ਨੇ ਨਾਈਟ 'ਚ, ਜਦੋਂ ਕਿ ਆਪਣੀ ਬਣਦੀ ਨਾਈਟ ਸਰਵਿਸ ਦਿੰਦੇ ਨੇ ਨਗਰ ਨਿਗਮ ਨੂੰ, ਜੋ ਨਗਰ ਨਿਗਮ ਦਾ ਅੱਡਾ ਜੀ, ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਰਾਤ ਨੂੰ ਬੱਸਾਂ ਦੀ ਨਿਗਰਾਨੀ ਕਰਨ ਦੀ, ਉਹਨਾਂ ਦੀ ਹਿਫਾਜ਼ਤ ਕਰਨ ਦੀ, ਪਰ ਇੱਥੇ ਨਾ ਕੋਈ ਚੌਂਕੀਦਾਰ ਆ, ਨਾ ਕੋਈ ਕੈਮਰਾ ਅਤੇ ਨਾ ਕੋਈ ਬਾਉਂਡਰੀ ਵਾਲ ਆ ਜੀ। ਇਸ ਦੇ ਵਿੱਚ ਪਹਿਲਾਂ ਵੀ ਪਿਛਲੇ ਲੰਬੇ ਸਮੇਂ ਕਾਫੀ ਚੋਰੀਆਂ ਹੋਈਆਂ ਨੇ, ਅਸੀਂ ਪਹਿਲਾਂ ਵੀ ਪਰਚੀ ਬੰਦ ਕੀਤੀ ਸੀਗੀ, 28/3/2024 ਦਾ ਤੁਹਾਡੇ ਕੋਲ ਲੈਟਰ ਪਿਆ ਗਾ ਜਿਹਦੇ 'ਚ ਇਹਨਾਂ ਨੇ ਸਾਨੂੰ ਭਰੋਸਾ ਦਵਾਇਆ ਸੀਗਾ, ਅਦੇ ਕੋਲ ਲੈਟਰ ਦਿਖਾ ਸਕਦਾ ਮੈਂ ਤੁਹਾਨੂੰ, 28/3/2024 ਦਾ ਨਗਰ ਨਿਗਮ ਦਾ ਲੈਟਰ ਆ ਜੋ ਕਿ ਸਾਡੇ ਅੱਡਾ ਇੰਚਾਰਜ ਦੇ ਨਾਮ 'ਤੇ ਕੱਢਿਆ ਇਹਨਾਂ ਨੇ। ਇਹਨਾਂ ਨੇ ਕਿਹਾ ਸੀ ਵੀ ਸਾਨੂੰ ਥੋੜ੍ਹਾ ਜਿਹਾ ਵੋਟਾਂ ਤੱਕ ਦਾ ਸਮਾਂ ਦੇ ਦਿਓ, ਅਸੀਂ ਉਸ ਤੋਂ ਬਾਅਦ ਜੋ ਇੱਥੇ ਚੌਂਕੀਦਾਰ ਦਾ ਵੀ ਇੰਤਜ਼ਾਮ ਕਰਾਂ, ਕੈਮਰੇ ਲਗਾਵਾਂ ਅਤੇ ਬਾਉਂਡਰੀ ਵਾਲ ਕਰਕੇ ਗੇਟ ਵੀ ਲਗਾਵਾਂਗੇ। ਪਰ ਅੱਜ 4 ਮਹੀਨੇ ਹੋਣ ਦੇ ਬਾਵਜੂਦ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਿਆ। ਬੀਤੀ ਰਾਤ ਪਟਿਆਲਾ ਡਿਪੂ ਦੇ ਸਾਡੇ ਕਨੈਕਟਰ ਵੀਰ ਨੂੰ ਕੋਈ ਨਸ਼ੀਲੀ ਦਵਾ ਸੁਕਾ ਕੇ ਉਹਦਾ ਕੈਸ਼ ਬਕਸਾ ਜੋ ਵੀ ਉਹਦਾ ਜ਼ਰੂਰੀ ਜਾਂ ਕੀਮਤੀ ਸਮਾਨ ਸੀ ਉਹ ਲੈ ਕੇ ਚੋਰੀ ਹੋਇਆ, ਲਗਭਗ ਉਹਦਾ 1.5-2 ਲੱਖ ਰੁਪਏ ਦਾ ਨੁਕਸਾਨ ਹੋਇਆ, ਜਿਸ ਦੇ ਰੋਸ ਦੇ ਵਜੋਂ ਸਾਰੇ ਪ੍ਰਾਈਵੇਟ ਵਾਲੇ ਵੀਰਾਂ ਨੇ, ਸਾਰੇ PRTC ਅਤੇ ਪਨਵਾਸ ਵਾਲਿਆਂ ਨੇ ਅੱਜ ਮਲੇਰਕੋਟਲਾ ਅੱਡਾ ਬੱਸ ਸਟੈਂਡ ਬੰਦ ਕੀਤਾ ਹੋਇਆ। ਅਸੀਂ ਆਪ ਜੀ ਦੇ ਮਾਧਿਅਮ ਰਾਹੀਂ ਪੁਲਿਸ ਪ੍ਰਸ਼ਾਸਨ ਨੂੰ ਤਾਂ ਨਗਰ ਨਿਗਮ ਨੂੰ 1 ਘੰਟੇ ਦਾ ਚੇਤਾਵਨੀ ਦਾ ਸਮਾਂ ਦਿੰਦੇ ਹਾਂ, ਜੇ 1 ਘੰਟੇ ਦੇ ਵਿੱਚ ਸਾਡੀ ਜੋ ਮੰਗ ਆ ਉਹਦੇ 'ਤੇ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਟਰੱਕ ਯੂਨੀਅਨ ਅਤੇ ਮਲੇਰਕੋਟਲਾ ਸ਼ਹਿਰ ਪੂਰਾ ਬਲੋਕ ਕਰਾਂਗੇ। ਕਿੰਨੇ ਕੁ ਬੰਦੇ ਸੀ ਜੋ ਉਹਨੂੰ ਨਸ਼ਾ ਸੰਘਾ ਕੇ ਜਾਂ ਕੋਈ ਵੀ ਚੀਜ਼ ਸੰਘਾ? ਉਹਦੇ ਬਾਰੇ ਸਾਨੂੰ ਕੁਛ ਨਹੀਂ ਪਤਾ ਜੀ ਕਿੰਨੇ ਬੰਦੇ ਸੀ, ਕਿਉਂਕਿ ਜੇ ਅਸੀਂ ਉਹਦੇ ਫਿਰ ਤਾਂ ਅਸੀਂ ਫੜ ਹੀ ਲੈਂਦੇ। ਕਿੰਨਾ ਕੁ ਨੁਕਸਾਨ ਹੋਇਆ ਉਹਦੇ ਭਾਈ ਬੰਦੇ ਨੂੰ? ਨਸ਼ਾ ਸੰਘਾਇਆ ਗਿਆ, ਬੱਸ ਦੇ ਉੱਪਰ ਪਿਆ ਸੀਗਾ, ਉਹਦਾ ਸਾਰਾ ਸਮਾਨ ਦੇ ਕੋਲ ਸੀ, ਉਹਨੂੰ ਨਸ਼ਾ ਸੰਘਾ ਕੇ ਉਹਦਾ ਸਾਰਾ ਸਮਾਨ ਚੋਰੀ ਕੀਤਾ ਗਿਆ। ਕੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ? ਅਜੇ ਤੱਕ ਸਾਡੇ ਨਾਲ ਕਿਸੇ ਪ੍ਰਸ਼ਾਸਨ ਨੇ ਜਾਂ ਨਗਰ ਨਿਗਮ ਦੇ ਅਧਿਕਾਰੀ ਨੇ ਕੋਈ ਰਾਬਤਾ ਨਹੀਂ ਕੀਤਾ ਜੀ। ਇਸੇ ਕਰਕੇ ਅਸੀਂ ਆਪ ਜੀ ਦੇ ਮਾਧਿਅਮ ਰਾਹੀਂ 1 ਘੰਟੇ ਦਾ ਸਮਾਂ ਦਿੰਦੇ ਹਾਂ, ਨਗਰ ਨਿਗਮ ਦੇ ਅਧਿਕਾਰੀਆਂ ਜਾਂ ਪੁਲਿਸ ਪ੍ਰਸ਼ਾਸਨ ਨੇ ਸਾਡੇ ਨਾਲ ਰਾਬਤਾ ਕਰਕੇ ਕੋਈ ਕਾਰਵਾਈ ਕਰਨੀ ਆਰੰਭੀ ਤਾਂ ਠੀਕ ਆ, ਨਹੀਂ 1 ਘੰਟੇ ਬਾਅਦ ਅਸੀਂ ਟਰੱਕ ਯੂਨੀਅਨ ਜਾਂ ਜੋ ਵੀ ਚੌਂਕ ਮੇਨ ਚੌਂਕ ਨੇ ਸ਼ਹਿਰ ਦੇ ਸਾਰੇ ਬੰਦ ਕਰਾਂਗੇ। ਸਾਡੀਆਂ ਜਿੰਨੀਆਂ ਵੀ ਬੱਸਾਂ ਸੰਗਰੂਰੋਂ, ਲੁਧਿਆਣਿਓਂ, ਪਟਿਆਲਿਓਂ ਆ ਰਹੀਆਂ ਨੇ ਅਸੀਂ ਸਾਰਿਆਂ ਨੂੰ ਇੱਥੇ ਬੁਲਾ ਰਹੇ ਹਾਂ, ਅਸੀਂ ਮਲੇਰਕੋਟਲਾ ਸ਼ਹਿਰ ਮੁਕੰਮਲ ਤੌਰ 'ਤੇ ਜਾਮ ਕਰਾਂਗੇ। Thank you.